वेले नाल तैयार होके घर दियां बत्तियां ते दरवाजे बंद करके असी जा रहे हां शरकपुर। खैर दे नाल असी सुबह वेले नाल ही घरों निकल पए हां, इस लई रस्ते साफ ने, क्लीयर ने, कोई रस्ते विच रश नहीं हैगा। दरिया रावी पहुंचते साथ असी झट स्टे किया, उत्थे भी दो चार शोर लिते, सड़कां क्लीयर सी, इसलिए असी फटाफट बगैर टाइम वेस्ट किए ते रस्ते दे विच रुके बगैर असी शरकपुर शरीफ पहुंचे। दरबार से भी रश नहीं सी हैगा, सुकून वाला माहौल सी, इसलिए सानू भी कोई मुश्किल पेश नहीं आई। असी दरबार से सलाम पेश किया, मैं लेडीज़ वाली साइड से, मेरे मियाँ जी जेंट्स वाली साइड से, सलाम करके दुआ मांग के नफल अदा करके ते फिर असी खैर दे नाल दरबार तो बाहर निकले। माशाल्लाह दरबार बहुत वड्डा सी, लेकिन मैनू इस दरबार का ज़्यादा नॉलेज नहीं सी है। फिर सानू पता चलिया बाजार विचों लंघ के एक दुकान आई थी, उन्हां कोलो जाके गुलाम जामुन ले लो, उन्हां दे अच्छे ते अच्छी क्वालिटी दे गुलाम जामुन ने। असी वेख्या उन्हां कोल खीर भी सी ते रस मलाई भी, फिर असी दो प्लेटां रस मलाई दियां लाईयां, एक मेरे मियाँ जी वास्ते, एक मेरी ते मेरे मूसा वास्ते। रस मलाई खा के फिर असी गुलाम जामुन पैक करवा के उन्हां नूं पैसे पे करके ते उन्हां नूं भी बाय बाय ते अल्लाह हाफिज़ किया, ते शरकपुर वालिआं नूं भी बाय बाय अल्लाह हाफिज़ किया। बिस्मिल्लाहिर्रहमानिर्रहीम, अस्सलाम अलैकुम। हाँ जी, की हाल है तुहाडे सारिआं दे? तबीशतां सेहतां नीशतां सब ठीक ठाक है? ਘਰੋਂ ਅਸੀਂ ਵੇਲੇ ਨਾਲ ਤਿਆਰ ਹੋ ਕੇ ਜਾ ਰਹੇ ਹਾਂ ਸ਼ਰਕਪੁਰ ਸ਼ਰੀਫ। ਸ਼ਰਕਪੁਰ ਸ਼ਰੀਫ ਅਸੀਂ ਦਰਬਾਰ ਤੇ ਸਲਾਮ ਕਰਨਾ ਹੈ ਤੇ ਨਾਲੇ ਗੁਲਾਮ ਜਾਮਨ ਲੈਣੇ ਨੇ। ਵੇਲੇ ਨਾਲ ਤਿਆਰ ਹੋ ਕੇ ਘਰ ਦੀਆਂ ਬੱਤੀਆਂ ਤੇ ਦਰਵਾਜ਼ੇ ਬੰਦ ਕਰਕੇ ਅਸੀਂ ਜਾ ਰਹੇ ਹਾਂ ਸ਼ਰਕਪੁਰ। ਬੱਚੇ ਮੇਰੇ ਸਕੂਲ ਤੇ ਮਦਰਸੇ ਗਏ ਸੀ, ਇਸ ਲਈ ਛੋਟਾ ਮੁਹੰਮਦ ਮੂਸਾ ਸਾਡੇ ਨਾਲ ਆਊਟਿੰਗ ਤੇ ਜਾ ਰਿਹਾ ਹੈ, ਨਾਲੇ ਘੁੰਮ ਫਿਰ ਲਵੇਗਾ, ਨਾਲੇ ਖਾ ਪੀ ਲਵੇਗਾ। ਖੈਰ ਦੇ ਨਾਲ ਅਸੀਂ ਸੁਬਹਾ ਵੇਲੇ ਨਾਲ ਹੀ ਘਰੋਂ ਨਿਕਲ ਪਏ ਹਾਂ, ਇਸ ਲਈ ਰਸਤੇ ਸਾਫ਼ ਨੇ, ਕਲੀਅਰ ਨੇ, ਕੋਈ ਰਸਤੇ ਵਿੱਚ ਰਸ਼ ਨਹੀਂ ਹੈਗਾ। ਬਾਈਕ ਪਜਾਂਦੇ ਫਿਰ ਅਸੀਂ ਪਹੁੰਚੇ ਰਾਵੀ, ਤੇ ਕੌਣ ਕੌਣ ਰਾਵੀ ਨੂੰ ਜਾਣਦਾ ਏ। ਦਰਿਆ ਰਾਵੀ ਪਹੁੰਚਦੇ ਸਾਥ ਅਸੀਂ ਝੱਟ ਸਟੇ ਕੀਤਾ, ਉੱਥੇ ਵੀ ਦੋ ਚਾਰ ਸ਼ੋਰ ਲਿੱਤੇ, ਲੇਕਿਨ ਅਸੀਂ ਆਪਣਾ ਸਦਕਾ ਨਹੀਂ ਦੇ ਸਕੇ, ਕਿਉਂਕਿ ਰਾਵੀ ਦੇ ਪੁੱਲ ਤੇ ਗੋਸ਼ਤ ਵਾਲੇ ਲਾਜ਼ਮੀ ਖਲੋਤੇ ਹੁੰਦੇ ਨੇ, ਜਿਹੜਾ ਉਹਨਾਂ ਨੇ ਸਦਕਾ ਦੇਣਾ ਹੁੰਦਾ ਹੈ ਤੇ ਦਵਾਉਣਾ ਹੁੰਦਾ ਹੈ। ਖੈਰ ਦੇ ਨਾਲ ਲੋੜ ਦੇ ਮੇਨ ਪੁਆਇੰਟ ਲੋੜ ਦਾ ਦਰਿਆ ਰਾਵੀ, ਉੱਥੇ ਅਸੀਂ ਪਹੁੰਚ ਕੇ ਝੱਟ ਸਟੇ ਕਰਕੇ ਤੇ ਦੋ ਚਾਰ ਸ਼ੋਰ ਲੈ ਕੇ ਫਿਰ ਰਾਵੀ ਤੋਂ ਵੀ ਅਸੀਂ ਅਗਾਂਹ ਨਿਕਲੇ। ਕੁਛ ਲੋਕ ਲਾਹੌਰ ਵੱਲ ਵੈਲਕਮ ਹੁੰਦੇ ਪੈਸੇ ਅਤੇ ਕੁਛ ਲੋਕ ਲਾਹੌਰ ਨੂੰ ਸਾਡੇ ਵਾਕੂ ਬਾਏ ਬਾਏ ਕਰਦੇ ਪੈਸੇ। ਅਸੀਂ ਵੀ ਲਾਹੌਰ ਨੂੰ ਬਾਏ ਬਾਏ ਕਰਕੇ ਸ਼ਰਕਪੁਰ ਸ਼ਰੀਫ ਜਾ ਰਹੇ ਸਾਂ। ਬਾਈਕ ਦੇ ਉੱਤੇ ਵੀਡੀਓ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੈਗਾ, ਲੇਕਿਨ ਫਿਰ ਵੀ ਅਸੀਂ ਵੀਡੀਓ ਬਣਾਉਣ ਤੋਂ ਬਾਜ਼ ਨਹੀਂ ਆਉਂਦੇ, ਕਿਉਂਕਿ ਬੁਰਖੇ ਨੂੰ ਵੀ ਸੰਭਾਲਣਾ ਹੁੰਦਾ, ਹੱਥ ਵਿੱਚ ਕੋਈ ਥੋੜ੍ਹਾ ਬਹੁਤ ਸਮਾਨ ਹੁੰਦਾ, ਵਾਲਟ ਵਗੈਰਾ ਹੁੰਦਾ, ਉਹਨਾਂ ਨੂੰ ਵੀ ਸੰਭਾਲਣਾ ਹੁੰਦਾ ਅਤੇ ਨਾਲ ਨਾਲ ਵੀਡੀਓ ਵੀ ਬਣਾਉਣੀ ਹੁੰਦੀ ਹੈ। ਇਸ ਰੋਡ ਦੇ ਉੱਤੇ ਮਾਸ਼ਾਅੱਲਾ ਬਹੁਤ ਜ਼ਿਆਦਾ ਸੁਸਾਇਟੀਆਂ ਬਣ ਗਈਆਂ ਨੇ, ਸੁਸਾਇਟੀਆਂ ਦੀ ਵਹੀਆਂ ਤੋਂ ਬਹੁਤ ਜ਼ਿਆਦਾ ਸਕੂਨ ਵਾਲਾ ਮਾਹੌਲ ਬਣ ਗਿਆ ਹੈ, ਅਤੇ ਜਦੋਂ ਇਹਨਾਂ ਸੁਸਾਇਟੀਆਂ ਦੇ ਬਾਹਰ ਔਰ ਗੁਜ਼ਰੀਏ, ਇਵੇਂ ਦੀਆਂ ਸਾਫ਼ ਸੁਥਰੀਆਂ ਸੜਕਾਂ ਤੋਂ ਗੁਜ਼ਰੀਏ, ਦਿਲ ਕਰਦਾ ਹੈ ਕਿ ਆਪਣੇ ਮਕਾਨਾਂ ਨੂੰ ਵੇਚ ਕੇ ਅਸੀਂ ਵੀ ਸੁਸਾਇਟੀਆਂ 'ਚ ਸ਼ਿਫਟ ਹੋ ਜਾਈਏ। ਗੱਲਾਂ ਬਾਤਾਂ ਕਰਦੇ, ਮੌਸਮ ਨੂੰ ਇੰਜੋਏ ਕਰਦੇ, ਸਾਨੂੰ ਪਤਾ ਹੀ ਨਹੀਂ ਲੱਗਾ, ਸਾਨੂੰ ਬੜੀ ਤੇਜ਼ ਧੁੱਪ ਲੱਗਣ ਲੱਗ ਗਈ, ਅਸੀਂ ਫਿਰ ਜਿਹੜੀ ਮੱਥੇ 'ਤੇ ਐਨਕ ਲਾਈ ਉਹਨੂੰ ਚੁੱਕ ਕੇ ਅੱਖਾਂ 'ਤੇ ਪਾ ਲਿਆ, ਕਿਉਂਕਿ ਧੁੱਪ ਤੋਂ ਬਚਣ ਵਾਸਤੇ ਮੈਂ ਇਹ ਸਨਗਲਾਸਿਜ਼ ਨਾਲ ਲੈ ਕੇ ਆਈ ਸਾਂ, ਕਿਉਂਕਿ ਮੇਰੀ ਨਜ਼ਰ ਵੀਕ ਹੈ, ਮੈਨੂੰ ਧੁੱਪ ਹੋ ਜਾਵੇ ਜਾਂ ਡਸਟ ਵਗੈਰਾ ਹੋ ਜਾਵੇ, ਇਹਦੇ ਨਾਲ ਮੇਰੀਆਂ ਅੱਖਾਂ ਨੂੰ ਬਹੁਤ ਜ਼ਿਆਦਾ ਐਲਰਜੀ ਹੋ ਜਾਂਦੀ, ਮੇਰੀਆਂ ਅੱਖਾਂ ਨੂੰ ਸਾਈਡ ਇਫੈਕਟ ਹੋ ਜਾਂਦੇ ਨੇ। ਸੜਕਾਂ ਕਲੀਅਰ ਸੀ, ਇਸ ਲਈ ਅਸੀਂ ਫਟਾਫਟ ਬਗੈਰ ਟਾਈਮ ਵੇਸਟ ਕੀਤੇ ਅਤੇ ਰਸਤੇ ਦੇ ਵਿੱਚ ਰੁਕੇ ਬਗੈਰ ਅਸੀਂ ਸ਼ਰਕਪੁਰ ਸ਼ਰੀਫ ਪਹੁੰਚੇ। ਇਹ ਵੀਡੀਓ ਲਾਹੌਰ ਤੋਂ ਟੁੱਟੀ ਹੈ ਅਤੇ ਸ਼ਰਕਪੁਰ ਸ਼ਰੀਫ ਤੱਕ ਪਹੁੰਚੀ ਹੈ। ਇਸ ਵੀਡੀਓ ਦੇ ਦੌਰਾਨ ਜਿਹੜੇ ਜਿਹੜੇ ਸ਼ਰਕਪੁਰ ਸ਼ਰੀਫ ਨੂੰ, ਦਰਿਆਏ ਰਾਵੀ ਨੂੰ, ਲਾਹੌਰ ਨੂੰ ਜਾਣਦੇ ਨੇ, ਉਹ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸਣ, ਅਤੇ ਜਿਹੜਾ ਜਿਹੜਾ ਇਸ ਬਾਜ਼ਾਰ ਨੂੰ ਜਾਣਦਾ ਹੈ ਜਾਂ ਇਸ ਬਾਜ਼ਾਰ ਤੋਂ ਖਰੀਦੋ ਫਰੋਖਤ ਕਰਦਾ, ਉਹ ਵੀ ਮੈਨੂੰ ਕਮੈਂਟਾਂ ਦੇ ਵਿੱਚ ਲਾਜ਼ਮੀ ਦੱਸਣ। ਮੈਨੂੰ ਤੁਸੀਂ ਕਮੈਂਟ ਸਿਰਫ ਯੂਟਿਊਬ 'ਤੇ ਹੀ ਨਹੀਂ ਬਲਕਿ ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ, ਟਿਕਟੋਕ 'ਤੇ, ਯੂਟਿਊਬ ਰੀਲ 'ਤੇ, ਦੋ ਮੇਰੇ ਟਿਕਟੋਕ ਅਕਾਊਂਟ ਨੇ, ਇੱਕ ਪੇਂਡੂ ਸਭਾ ਅਤੇ ਇੱਕ ਸਭਾ ਪੇਂਡੂ ਦੇ ਨਾਮ ਤੋਂ, ਤੁਸੀਂ ਉੱਥੇ ਜਾ ਕੇ ਵੀ ਮੈਨੂੰ ਕਮੈਂਟ ਕਰਕੇ ਮੇਰੀ ਵੀਡੀਓ ਦੇ ਬਾਰੇ 'ਚ ਮੈਨੂੰ ਦੱਸ ਸਕਦੇ ਜੀ। ਕਿਸੇ ਵੀ ਕਬਰਸਤਾਨ ਦੇ ਬਾਹਰੋਂ ਗੁਜ਼ਰੋ ਅਤੇ ਖੈਰ ਦੇ ਨਾਲ ਉਹਨਾਂ ਕਬਰਸਤਾਨ ਵਾਲਿਆਂ ਨੂੰ ਸਲਾਮ ਪੇਸ਼ ਕਰਿਆ ਕਰੋ ਅਤੇ ਉਹਨਾਂ ਨੂੰ ਸੂਰਤ ਫਾਤਿਹਾ ਪੜ੍ਹ ਕੇ ਉਹਨਾਂ ਦੀ ਆਸਾਨੀ ਵਾਸਤੇ, ਉਹਨਾਂ ਦੀ ਮਾਗਫਰਤ ਵਾਸਤੇ ਦੁਆ ਕਰਿਆ ਕਰੋ। ਦਰਬਾਰ ਪਹੁੰਚਦੇ ਸਾਥ ਅਸੀਂ ਸਭ ਤੋਂ ਪਹਿਲੇ ਆਪਣੀ ਬਾਈਕ ਸਟੈਂਡ 'ਤੇ ਲਾਈ। ਕਿਸੇ ਵੀ ਦਰਬਾਰ 'ਤੇ ਚਲੇ ਜਾਵੋ, ਇੱਕ ਬਾਈਕ ਸਟੈਂਡ 'ਤੇ ਲਾਉਣਾ ਅਤੇ ਦੂਸਰਾ ਜੁੱਤੀ ਵਾਲੇ ਨੂੰ ਫੜਾਉਣਾ।
क्योंकि अपनी जुत्ती की हिफाजत तुसी आप खुद करनी है, क्योंकि अजकल दरबारा ते जुतियां दा बिजनेस भी बड़ा हाई लैवल ते जा रहा है। लोकी अपनी पुरानी चप्पलां ला जांदे ने, उत्थे नवीं चप्पलां लभ के पा जांदे ने। दरबार ते भी रश नहीं सी, सुकून वाला माहौल सी, इसलिए सानू भी कोई मुश्किल पेश नहीं आई। असीं दरबार ते सलाम पेश कीता, मैं लेडीज़ वाली साइड ते मेरे मियाँ जी जेंट्स वाली साइड ते सलाम करके दुआ मांग के नफल अदा करके ते फिर असीं खैर दे नाल दरबार तो बाहर निकले। माशाल्लाह दरबार बहुत वड्डा सी, लेकिन मैनू इस दरबार दा ज़्यादा नॉलेज नहीं सी है। शरकपुर शरीफ मशहूर है अपने गुलाम जामना तो, क्योंकि शरकपुर शरीफ के गुलाम जामन खान वाले होंगे ने। शरकपुर शरीफ के मशहूर गुलाम जामन जरा भी जावे और लैके लाजमी आवे। इतने बहुत ज्यादा सी गुलाम जामन वाली दुकाना, इसलिए असी किसी स्याने बंदे को पूछ पाई कि ज्यादा फेमस किन्ना दे गुलाम जामन है, किन्ना दे ज्यादा अच्छे गुलाम जामन है। फिर सानू पता चलिया बाजार विचों लंघ के एक दुकान आई दी भोले जी आलियां दी, उन्हां कोलों जाके गुलाम जामन ले लो, उन्हां दे अच्छे ते अच्छी क्वालिटी के गुलाम जामन ने। गुलाम जामना दे नाल नाल असी वेख्या उन्हां कोल खीर भी सी ते रस मलाई भी। फिर असी दो प्लेटां रस मलाई दियां लाईयां, एक मेरे मियाँ जी वास्ते, एक मेरी ते मेरे मूसा वास्ते। रस मलाई खा के फिर असी गुलाम जामुन पैक करवा के उन्होंने पैसे पे करके ते उन्होंने भी बाय बाय ते अल्लाह हाफिज़ किया, ते शरकपुर वालियां भी बाय बाय अल्लाह हाफिज़ किया। अगर जिंदगी रही दोबारा आवांदे दरबार ते सलाम पेश करांदे ते गुलाम जामुन लैके जावांदे। रस्ते दे विच बगैर रुके, बगैर टाइम वेस्ट किते, बगैर स्टे किते, बगैर रेस्ट किते, बगैर खादे पीते असी अपनी बाइक नू स्पीडो स्पीड पजाया। चलदी ते स्पीडो स्पीड भजदी बाइक ते फिर भी मैं वीडियो बनाउण दा औखा रिस्क ले लिता। थोड़े बहुत शॉर्ट लैके फिर असी लाहौर वल एंटर होए ते अल्लाह पाक दा लख लख शुक्र अदा किया। अपने शहर में आके एक अजीब ही सुकून, एक अजीब ही अपनाइत होंगी है कि यह अपना इलाका है। थक भी बड़े ज़्यादा गया सा, नींद भी बहुत ज़्यादा आती पी सी, इसलिए कोशिश सी कि जिन्नी जल्दी हो सके फटाफट घर पहुँचिए ते हिम्मत ना हारीए, घर जाके ही सुकून का साह लीए, क्योंकि रात नूं भी लेट नाइट सुते सुबह बच्चियां नूं भेज के दोबारा नाश्ता करके ते असी शरकपुर शरीफ वास्ते तैयार होन लग गए। जरा टाइम साडा सौण दा, साडा रेस्ट करन दा सी, उस टाइम असी बाहर आके वीडियो बना रहे वां ते दरबारां ते सलाम कर रहे वां, मौसम नूं इंजॉय कर रहे वां, लोंग ड्राइव कर रहे वां ते शरकपुर शरीफ दे गुलाम जामन खरीद रहे वां, इसलिए थकावट ते हो ही जानी सी। जिवें जिवें असी घर दे कोल पहुंचदे गए ते सानू सुकून आंदा गया। घर पहुंचदे साथ असी घर वालियां नूं अस्सलाम अलैकुम कीता ते कमरे विच दाखल होके अपने कमरे दी लाइट फैन ऑन कीती ते अज दा विलोग इत्थे ही एंड कीता। इंशाल्लाह जिंदगी रही दोबारा किसी होर विलोग दे नाल हाजिर होवां। अपना बहुत सारा ख्याल रखो, दुआवां विच याद रखो। अल्लाह हाफिज़।